are watching Channel Y. Channel Y, a South Asian Canadian channel. ਪੰਜਾਬ 'ਚ ਲਗਾਤਾਰ ਨਸ਼ਾ ਤਸਕਰੀ ਖਿਲਾਫ਼ ਪੁਲਿਸ ਦੀ ਵਿੱਢੀ ਮੁਹਿੰਮ ਤਹਿਤ ਨਸ਼ੇ ਦੀਆਂ ਖੇਪਾਂ ਬਰਾਮਦ ਹੋ ਰਹੀਆਂ ਨੇ। ਇਸੇ ਕੜੀ 'ਚ ਥਾਣਾ CIA ਸਟਾਫ ਫਿਰੋਜ਼ਪੁਰ ਪੁਲਿਸ ਨੇ ਦੋ ਸਮੱਗਲਰਾਂ ਨੂੰ 440 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ਼ ਥਾਣਾ ਆਰਿਫ ਕੇ ਵਿਖੇ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ। ਇਹਨਾਂ ਕੋਲੋਂ ਪੁਲਿਸ ਨੇ ਇੱਕ ਮੋਬਾਈਲ ਫੋਨ ਤੇ ਦੋ ਸਿਮ ਕਾਰਡ ਵੀ ਬਰਾਮਦ ਕੀਤੇ ਨੇ। ਦੋਨੋਂ ਨਸ਼ਾ ਤਸਕਰਾਂ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। ਭਾਰਤ ਪਾਕਿਸਤਾਨ ਸੀਮਾ ਜ਼ੀਰੋ ਲਾਈਨ ਤੋਂ ਕਾਊਂਟਰ ਇੰਟੈਲੀਜੈਂਸ ਤੇ BSF ਦੇ ਜੁਆਇੰਟ ਆਪਰੇਸ਼ਨ ਤੋਂ ਬਾਅਦ ਪੁਲਿਸ ਨੇ ਇਸ ਤਸਕਰੀ ਦਾ ਭੰਡਾ ਫੋੜ ਕੀਤਾ ਹੈ। ਕਰੀਬ 2 ਕਰੋੜ 20 ਲੱਖ ਰੁਪਏ ਦੀ ਕੀਮਤ ਵਾਲੀ ਇਸ ਹੈਰੋਇਨ ਸੰਬੰਧੀ ਜਾਣਕਾਰੀ ਦਿੰਦੇ ਹੋਏ SSP ਫਿਰੋਜ਼ਪੁਰ ਭਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਉਹਨਾਂ ਨੂੰ ਮੁਖਬਿਰ ਨੇ ਸਲਾਹ ਦਿੱਤੀ ਸੀ ਕਿ ਦੋਸ਼ੀ ਰਾਜਵਿੰਦਰ ਸਿੰਘ ਉਰਫ ਰਾਜੂ ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨੀ ਸਮੱਗਲਰਾਂ ਦੇ ਨਾਲ ਮਿਲਿਆ ਹੋਇਆ, ਜੋ ਕਿ ਅਕਸਰ ਹੀ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਦਾ ਹੈ। ਸਰਹੱਦ ਪਾਰ ਤੋਂ ਪਾਕਿਸਤਾਨ ਵੱਲੋਂ ਉਹਨਾਂ ਸਮੱਗਲਰਾਂ ਨਾਲ ਗੱਲਬਾਤ ਕਰਕੇ ਹੈਰੋਇਨ ਇੱਧਰ ਰਖਵਾਉਂਦਾ। ਉਹਨਾਂ ਕਿਹਾ ਕਿ ਇਸ ਦੀ ਇੱਕ ਹੋਰ ਦੋਸ਼ੀ ਦੇ ਨਾਲ ਮਿਲੀਭੁਗਤ ਹੋਣ ਕਾਰਨ ਸਰਹੱਦ ਪਾਰ ਪਾਕਿਸਤਾਨ ਤੋਂ ਮੰਗਵਾਈ ਜਾਂਦੀ ਹੈਰੋਇਨ ਦੀ ਖੇਪ ਜੋਗਿੰਦਰ ਸਿੰਘ ਤਾਰੋ ਪਾਰ ਖੇਤ 'ਚ ਕੰਮ ਕਰਨ ਗਿਆ ਉਠਾ ਲਿਆਉਂਦਾ ਸੀ। ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਮੁਖਬਰ ਦੀ ਨਿਸ਼ਾਨਦੇਹੀ 'ਤੇ ਦੋਸ਼ੀ ਜੋਗਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਜੋਗਿੰਦਰ ਸਿੰਘ ਦੀ ਨਿਸ਼ਾਨਦੇਹੀ 'ਤੇ ਥਾਣਾ CIA ਸਟਾਫ ਪੁਲਿਸ ਅਤੇ BSF ਵੱਲੋਂ ਸਾਂਝੇ ਓਪਰੇਸ਼ਨ ਦੌਰਾਨ 440 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਬਾਅਦ 'ਚ ਪੁਲਿਸ ਵੱਲੋਂ ਛਾਪੇਮਾਰੀ ਕਰਦਿਆਂ ਦੋਸ਼ੀ ਰਾਜਵਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਹ ਫਿਰੋਜ਼ਪੁਰ ਕੀ CIA ਟੀਮ ਔਰ ਲੁਧਿਆਣਾ ਦੀ ਕਾਊਂਟਰ ਇੰਟੈਲੀਜੈਂਸ ਟੀਮ ਦਾ ਇੱਕ ਜੁਆਇੰਟ ਆਪਰੇਸ਼ਨ ਸੀ, ਜਿਹਦੇ ਵੱਲੋਂ ਸਾਨੂੰ ਇੱਕ ਇਨਫੋਰਮੇਸ਼ਨ ਸੀ। ਉਸ ਬਿਹਾਬ 'ਤੇ ਅਸੀਂ ਇਸ 'ਤੇ ਵਰਕਆਊਟ ਕੀਤਾ ਤਾਂ ਦੋ ਬੰਦੋਂ ਤੱਕ ਅਸੀਂ ਪਹੁੰਚਣ ਦੇ ਵਿੱਚ ਕਾਮਯਾਬ ਹੋਏ। ਦੋ ਦੋਸ਼ੀ ਅਸੀਂ ਫੜ ਲਏ ਹੈਗੇ, ਰਾਜਵਿੰਦਰ ਸਿੰਘ ਉਰਫ ਰਾਜੂ ਹੈਗਾ, ਦੂਜਾ ਹੈਗਾ ਜੋਗਿੰਦਰ ਸਿੰਘ ਪੁੱਤਰ ਬਲਵੀਰ ਸਿੰਘ। ਜੋ ਪਹਿਲੇ ਵਾਲਾ ਹੈ ਉਹ ਅਲੀ ਕੇ ਪਿੰਡ ਕਾ ਹੈਗਾ, ਦੂਜਾ ਵਾਲਾ ਸੁਲਤਾਨ ਵਾਲਾ ਪਿੰਡ ਕਾ ਹੈਗਾ। ਇਹ ਬੇਸਿਕਲੀ ਜੋ ਸੈਕਿੰਡ ਬੰਦਾ ਹੈਗਾ ਜੋਗਿੰਦਰ ਸਿੰਘ, ਇਹ ਸੀਰੀ ਕਾ ਕੰਮ ਕਰਦਾ ਸੀ, ਇੱਕ ਆਤਮਾ ਸਿੰਘ ਹੈਗਾ ਬੰਦਾ। ਉਹਦੀ ਜ਼ਮੀਨ ਜੋ ਆਪਣੀ ਜੋ ਬਾਰਡਰ 'ਤੇ ਉਸਕੀ ਜ਼ਮੀਨ ਥੀ, ਤਾਂ ਇਹ ਉਸਕੀ ਜ਼ਮੀਨ ਮੇ ਬਾਹਰ ਸੰਪਰਕ ਮੇ ਆ ਕੇ ਔਰ ਇਹਨੋਨੇ 440 ਗ੍ਰਾਮ ਹੈਰੋਇਨ ਕੀ ਸਪਲਾਈ ਉਧਰ ਸੇ ਕਰਵਾਈ ਸੀ। ਤਾਂ ਅਸੀਂ ਜਦ ਇਹਨਾਂ ਨੂੰ ਪੂਰਾ ਇੰਟਰੋਗੇਟ ਕੀਤਾ ਤਾਂ ਪੂਰੀ ਰਿਕਵਰੀ ਇਹਦੇ ਵਿੱਚ ਟੋਟਲ 440 ਗ੍ਰਾਮ ਹੈਰੋਇਨ, ਜਿਹਦੀ ਕੀਮਤ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤਕਰੀਬਨ 2.25 ਕਰੋੜ ਕੇ ਆਸ ਪਾਸ ਹੈਗੀ। ਇਸ ਦੇ ਨਾਲ ਨਾਲ ਇੱਕ ਵੀਵੋ ਮੋਬਾਈਲ ਫੋਨ ਵੀ ਮਿਲਿਆ ਹੈਗਾ, ਜਿਹਦੇ ਵਿੱਚ 2 ਸਿਮ ਹੈਗੀ। ਅਸੀਂ ਪੂਰੀ ਡਾਟਾ ਐਨਾਲਿਸਿਸ ਕਰ ਰਹੇ ਹਾਂ ਕਿ ਇਹਨਾਂ ਦੇ ਕਿਹਨਾਂ ਦੇ ਨਾਲ ਇਹਨਾਂ ਦੇ ਸੰਪਰਕ ਰਹੇ ਹੈ ਔਰ ਕਿੱਥੇ ਇਸ ਨੂੰ ਵੇਚਣਾ ਸੀ, ਤਾਂ ਪੂਰਾ ਅਸੀਂ ਡੂੰਘਾਈ ਨਾਲ ਪੁੱਛਤਾਛ ਕਰ ਰਹੇ ਹੈਗੇ। ਸਰ, ਇਹ ਜਿਹੜਾ ਪਾਕਿਸਤਾਨ ਨਾਲ ਟਾਈ ਅਪ ਕਰਦੇ ਹੈਗੇ ਸੀ ਉੱਥੇ ਨਸ਼ਾ ਤਸਕਰਾਂ ਨਾਲ, ਉਹ ਕਿੱਦਾਂ ਕਰਦੇ ਹੈਗੇ ਆ? ਉਹ ਅਸੀਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਮੋਬਾਈਲ ਔਰ 2 ਸਿਮ ਮਿਲੀ ਹੈ, ਉਸਕਾ ਡਿਟੇਲ ਅਸੀਂ ਫੋਰੈਂਸਿਕ ਐਨਾਲਿਸਿਸ ਕਰਵਾਏਂਗੇ ਕਿ ਉਹ ਕੈਸੇ ਕੈਸੇ ਕਿਸ ਕਿਸ ਸੇ ਬਾਤ ਕਰੀ ਹੈ ਔਰ ਕਿਸ ਕਿਸ ਕੇ ਥਰੂ ਬਾਤ ਕਰੀ ਹੈ ਉਹਨਾਂ ਨੇ। ਕੋਈ ਇਹਨਾਂ ਕੋਲ ਸਰ ਪਾਕਿਸਤਾਨੀ ਸਿਮ ਵੀ ਬਰਾਮਦ ਹੋਈ ਹੈ? ਨਹੀਂ ਨਹੀਂ, ਸਿਮ ਸਾਡੇ ਪੰਜਾਬ ਦੇ ਹੈਗੇ, ਪਾਕਿਸਤਾਨ ਦੇ ਸਿਮ ਨਹੀਂ ਹੈਗੇ। ਯੂ ਆਰ ਵਾਚਿੰਗ ਚੈਨਲ Y, ਚੈਨਲ Y, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।